ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ। ਅਤੇ ਅੱਜ ਨਾ ਆਪਾਂ, ਵੈਸੇ ਤਾਂ ਅੱਜ ਮੈਂ ਕਾਫੀ ਦਿਨਾਂ ਬਾਅਦ ਵਲੌਗ ਸਟਾਰਟ ਕੀਤਾ ਕਿਉਂਕਿ ਕੋਈ ਕੰਮ ਜਿਹਾ ਸੀ ਅਤੇ ਕਈ ਵਾਰ ਸ਼ਾਮ ਹੋ ਜਾਂਦੀ ਸੀ, ਫਿਰ ਮਾੜਾ ਮੋਟਾ ਕੰਮ ਪੈ ਜਾਂਦਾ, ਤਾਂ ਕਰਕੇ ਵਲੌਗ ਛੇਤੀ ਬਣਿਆ ਨਹੀਂ। ਅਤੇ ਅੱਜ ਪਤਾ ਕੀ ਕਰਨਾ, ਅੱਜ ਹੁਣ ਮੇਰੀ ਸਲਾਹ ਹੈਗੀ ਜਿਵੇਂ ਆਪਾਂ ਸਾਰਾ ਬਲੈਕ ਬਲੈਕ ਕੀਤਾ ਹੋਇਆ ਹੋਣਾ ਐਤਕੀ ਆਪਾਂ, ਅਤੇ ਵੈਸੇ ਕਿੰਨਾ ਲੱਭਣਾ ਦੇਖੋ ਮੀਂਹ ਵਾਲਾ ਮੌਸਮ ਕਰਕੇ ਇਹਨੂੰ ਧੋਣਾ। ਚਲੋ ਫਿਰ ਧੋਵਾਂਗੇ ਆਪਾਂ। ਜਿਹੜੀ ਆਪਣੀ ਨੰਬਰ ਪਲੇਟ ਆ ਨਾ, ਇਹ ਵਾਈਟ ਆ, ਅਤੇ ਮੈਂ ਸੋਚਦਾ ਨੰਬਰ ਪਲੇਟ ਨੂੰ ਜਮੀ ਬਲੈਕ ਕਰਾ ਦਿਆ, ਜਮੀ ਜੈੱਡ ਬਲੈਕ, ਇਹਦੇ 'ਤੇ ਸਰਕਾਰੀ ਨੰਬਰ ਪਲੇਟ ਲੱਗ ਜੂਗੀ ਕਿਉਂਕਿ ਹੁਣ ਉਹੀ ਲੀਗਲ ਆ। ਅਤੇ ਵੈਸੇ ਉਹ ਸਿੰਪਲ ਜਿਹੀ ਬਦਲ ਗਈ, ਵੈਸੇ ਤਾਂ ਆਪਾਂ ਅੱਜ ਕਰਾ ਕੇ ਲੈਣਾ ਬਲੈਕ, ਅਤੇ ਮੈਂ ਸੋਚਿਆ ਸੀਗਾ ਵੀ ਆਹ ਬਾਜ ਜਿਹੜਾ ਚੇਂਜ ਕਰ ਦੇਣਾ, ਪਰ ਹੁਣ ਬਾਜ ਘਰੇ ਭੁੱਲਿਆ, ਹੁਣ ਪਹਿਲਾਂ ਮੈਨੂੰ ਬਾਜ ਚੱਕ ਕੇ ਲਿਆਉਣਾ ਪਊ, ਅਤੇ ਫਿਰ ਜੇ ਭੀੜ ਨਾ ਹੋਈ ਫਿਰ ਬਾਜ ਵੀ ਲਵਾ ਲਵਾਂਗੇ। ਬਸ ਹੋਰ ਤਾਂ ਕੁਛ ਨਹੀਂ ਹੈਗਾ, ਆਹੀ ਦੋ ਚੀਜ਼ਾਂ ਕਰਾਉਣੀਆਂ ਸੀਗੀਆਂ, ਪਰ ਹੁਣ ਮੈਂ ਭੁੱਲਿਆ ਆ ਉਹ, ਸੋ ਮੈਂ ਪਹਿਲਾਂ ਬਾਜ ਚੱਕ ਕੇ ਲੈ ਕੇ ਆਉਣਾ, ਫਿਰ ਜਾ ਕੇ ਆਪਾਂ ਨੰਬਰ ਪਲੇਟ 'ਤੇ ਉਹ ਕਰਾਉਣਾ। ਇੱਕ ਨਾ ਆਹ ਦੇਖੋ, ਇਹਦੇ ਕਿੱਥੋਂ ਜੀ ਮਿੱਟੀ ਨਿਕਲੀ ਸੀ, ਹਾਂ ਉਰੋ ਜੀ ਮਿੱਟੀ ਨਿਕਲ ਕੇ ਉਰੇ ਆ ਗਈ ਸੀਗੀ, ਚਲੋ ਮੈਂ ਸਾਫ਼ ਕਰਤੀ ਮਾੜੀ ਜੀ, ਪਰ ਜਿਹੜਾ ਉਰੇ ਵੀ ਪਾਣੀ ਪੈ ਸਕਦਾ, ਯਾਨੀ ਉਰੇ ਵੀ ਆਪਾਂ ਇੱਕ ਸਟਿੱਕਰ ਲਵਾ ਦਾਂਗੇ ਬਲੈਕ, ਯਾਨੀ ਗਲੀਆਂ ਬੰਦ ਕਰਾਉਣਾ, ਇੱਕ ਆਹ ਗਲੀਆਂ ਬੰਦ ਕਰਾਉਣੀਆਂ, ਜੇ ਆਪਾਂ ਚਲਾਉਂਦੇ ਨਾ ਟੋਏ 'ਚ ਤਾਂ ਪਾਣੀ ਉਰੋ ਜੀ ਨਿਕਲ ਆਉਂਦਾ, ਨਿਕਲ ਕੇ ਉਰੇ ਬਾਹਰ ਫੈਲ ਜਾਂਦਾ, ਬੜਾ ਘੱਟ ਲੱਗਦਾ। ਸੋ ਆਪਾਂ ਮਾੜੀਆਂ ਮੋਟੀਆਂ ਚੇਂਜਸ ਜਿਹਾ ਚੱਕ ਕਰਾ ਕੇ ਲਿਆਉਂਦੇ ਹਾਂ, ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਮੈਂ ਸਟਿੱਕਰ ਚੱਕ ਲਿਆ ਵਾਂ, ਅਤੇ ਪਿਛਲੇ ਵਲੌਗ 'ਚ ਆਪਾਂ ਹੈਂਡਲ ਵਿੱਚ ਨੂੰ ਕਰਾਇਆ ਸੀਗਾ, ਦੇਖੋ ਕਿਹੋ ਜਿਹਾ ਲੱਗਦਾ। ਹਾਂ ਜੀ ਇਹਨੂੰ ਆ ਗਿਆ, ਚਲੋ ਬਾਕੀ ਕਮੈਂਟ ਤਾਂ ਬਹੁਤ ਆ ਜੀ, ਵਧੀਆ ਲੱਗਦਾ, ਪਰ ਹਾਲੇ ਆਦਤ ਜੀ ਥੋੜ੍ਹੀ ਜਿਹੀ ਬਣਦੀ ਗਈ। ਅਤੇ ਅੱਜ ਮੈਂ ਨਾ ਚੁੱਪ ਗਿਆ ਚੰਡੀਗੜ੍ਹ, ਬਲੈ ਕੇ ਗਿਆ ਜਲੰਧਰ, ਕੋਈ ਹੈ ਨਹੀਂ ਨਾਲ, ਸੋ ਆਪਾਂ ਇਕੱਲੇ ਹੀ ਜਾ ਰਹੇ ਸੀਗੇ। ਚਲੋ ਛੋਟੇ ਨੂੰ ਪੁੱਛਦਾ ਵੀ ਜੇ ਨਾਲ ਚੱਲਿਆ, ਚਲੋ ਵੀ ਆਹ ਵਾਲਾ ਬਾਜ ਆਪਾਂ ਐਤਕੀ ਲਵਾਉਣਾ। ਇਹ ਵੈਸੇ ਮੈਂ ਬਾਜ ਪਹਿਲੀ ਕਾਫੀ ਟਾਈਮ ਪਹਿਲਾਂ ਲਿਆਉਂਦਾ ਸੀਗਾ, ਰੱਖ ਲਿਆ ਸੀਗਾ, ਅੱਜ ਮੈਂ ਫੇਰ ਲਵਾਵਾਂਗੇ। ਅਤੇ ਆਹ ਵਾਲਾ ਤਾਂ ਲਗਾਇਆ ਸੀ, ਦੇਖੋ ਜੀ ਧੁੱਪ 'ਚ ਰੰਗ ਬਦਲਦਾ, ਅਤੇ ਇਹ ਵਾਲਾ ਤਾਂ ਲਵਾਉਣਾ ਕਿਉਂਕਿ ਥੋੜ੍ਹਾ ਨਵਾਂ ਹੋਜੂ। ਅਤੇ ਐਤਕੀ ਆਪਾਂ ਇਹੋ ਜਿਹਾ ਹੱਲ ਕਰਾਉਣਾ ਵੀ ਜਿਹੜਾ ਐਤਕੀ ਉਹ ਉੱਖੜੀ ਨਾ, ਬਸ ਮੇਨ ਤਾਂ ਉੱਖੜਨ ਵਾਲਾ ਸਿਸਟਮ ਆ, ਉੱਖੜਨ ਵਾਲਾ ਯਾਰ ਉਹਨਾਂ ਘੈਂਟ ਨਹੀਂ ਲੱਗਿਆ, ਉੱਖੜ ਤਾਂ ਵਧੀਆ ਨਹੀਂ ਲੱਗਦਾ ਯਾਰ, ਸੋ ਆਪਾਂ ਐਵੇਂ ਕਰਾਉਣਾ ਵੀ ਉੱਖੜੀ ਨਾ। ਚਲੋ ਜੀ ਦੁਕਾਨ 'ਤੇ ਆ ਪਹੁੰਚ ਗਿਆ, ਪਰ ਨਾ ਅੱਜ ਦੁਕਾਨ 'ਤੇ ਬੰਦੇ ਨਹੀਂ ਹੈਗੇ, ਸੋ ਆਪਣਾ ਸ਼ਾਇਦ ਬਾਹਰ ਜਿਹੜਾ ਕੰਮ ਤਾਂ ਹੋਣਾ ਨਹੀਂ, ਪਰ ਮੈਂ ਕਿਹਾ ਚੱਲ ਨੰਬਰ ਪਲੇਟ ਤਾਂ ਆਪਾਂ ਗਾਲੀ ਕਰਾਈ ਚੱਲਦੇ ਹਾਂ, ਅਤੇ ਬਾਹਰ ਦਾ ਚਲੋ ਕੱਲੂ ਵੀ ਲੱਗ ਜੂ, ਸੋ ਆਪਾਂ ਨੰਬਰ ਪਲੇਟ ਲਾ ਲਈ। ਹੈਲੋ ਜੀ, ਹੁਣ ਮੈਂ ਆ ਗਿਆ ਘਰੇ, ਅਤੇ ਹੁਣ ਨੰਬਰ ਪਲੇਟ ਦਿਖਾਉਣਾ, ਜਿਹਦੇ ਆਪਾਂ ਕੁਛ ਨਹੀਂ ਕਰਾਇਆ ਹੈਗਾ, ਕੁਛ ਵੀ ਨਹੀਂ ਕਰਾਇਆ, ਬਸ ਬਲੈਕ ਕਰਾਈ ਆ, ਅਤੇ ਦੇਖਦੇ ਹਾਂ ਕਿਹੋ ਜਿਹੀ ਲੱਗਦੀ ਆ। ਦੇਖੋ ਅਨਬੋਕਸਿੰਗ ਕਰਨ ਦਾ ਨਜ਼ਾਰਾ ਨਾ ਜਿੰਨਾ ਕਹੋ ਓਨਾ ਆਉਂਦਾ, ਬਸ ਹੁਣੇ ਥੋੜ੍ਹੀ ਰੀਲ ਬਣਾ, ਮੈਂ ਇਹਦੀ ਰੀਲ ਬਣਾਉਣਾ, ਚਲੋ ਇੰਸਟਾ 'ਤੇ ਪਾਊਂਗਾ। ਦੇਖੋ ਨੰਬਰ ਪਲੇਟ ਤਾਂ ਬਲੈਕ ਵਧੀਆ ਕਰਾ ਲਈ ਆਪਾਂ, ਪਰ ਇੱਕ ਕੰਮ ਖਰਾਬ ਹੋ ਗਿਆ ਫਿਰ ਤੋਂ, ਆਹ ਚੀਜ਼ ਆਪਣੀ ਹੈਗੀ ਆ ਵਾਈਟ, ਅਤੇ ਇੱਧਰ ਵੀ ਵਾਈਟ, ਸੋ ਇਹ ਕੰਮ ਖਰਾਬ ਹੋ ਗਿਆ ਯਾਰ, ਥੋੜ੍ਹਾ ਜਿਹਾ ਬਲੈਕ ਕਰਾਉਣਾ ਸੀਗਾ। ਚਲੋ ਕੋਈ ਨਾ, ਹੁਣ ਆਪਾਂ ਜਦੋਂ ਦੁਬਾਰਾ ਜਾਵਾਂਗੇ ਉਹ ਸਟਿੱਕਰ ਲਵਾਉਣ ਤੋਂ ਕਰਾ ਲਾਂਗੇ ਫਿਲਹਾਲ ਲਈ। ਦੇਖੋ ਬਲੈਕ ਐਵੇਂ ਲੱਗਦੀ, ਖਤਰਨਾਕ ਬਾਈ ਖਤਰਨਾਕ, ਅਤੇ ਮਿੱਟੀ ਬਹੁਤ ਚਿਪਕੂਗੀ, ਪਰ ਇਹਦੇ ਪੱਲਾ ਲਾ ਨੰਬਰ ਪਲੇਟ ਲੱਗਦਾ ਹੁਣ, ਉਹਦੇ 'ਚ ਗਲੀਆਂ ਕਢਾਉਣੀਆਂ ਪੈਣਗੀਆਂ ਆਪਾਂ ਨੂੰ, ਹੋਰ ਉਹ ਤਾਂ ਘੜਾ ਲੱਗ ਨਹੀਂ, ਫਿਲਹਾਲ ਲਈ ਆਪਾਂ ਨੂੰ ਐਂ ਲਾ ਸਕਦੇ ਹਾਂ, ਇਹ ਤਾਂ ਉਹ ਲੱਗ ਜੂ ਕਹਿੰਦੇ ਨੇ ਗੂੰਦ ਲੱਗ ਜੂ ਜਾਂ ਫਿਰ ਤਕੜੀ ਜਿਹੀ ਵਧੀਆ ਚੇਪੀ ਹੁੰਦੀ, ਮਤਲਬ ਉਹ ਲਾ ਲਉ ਮੈਂ। ਅਤੇ ਵੈਸੇ ਤਾਂ ਇਹ ਕਿ ਦੇਖਣ ਬੇਕਾਰ ਜੀ, ਇਹ ਥੋੜ੍ਹੀ ਸਾਫ਼ ਕਰਨੀ ਪਊ, ਫਿਰ ਲਾਊਂਗੇ। ਬਾਕੀ ਆ ਦੇਖੋ ਇੰਨੀ ਗੰਦੀ ਰਿਹਾ ਕਰੂ ਹਮੇਸ਼ਾ, ਇਹ ਹਮੇਸ਼ਾ ਸਾਫ਼ ਰੱਖਣੀ ਪਵੇ। ਚਲੋ ਕੋਈ ਗੱਲ ਨਹੀਂ, ਹੁਣ ਰੱਖਦਾ ਮੈਂ ਘਰੇ, ਬਾਅਦ 'ਚ ਲਾਵਾਂਗੇ ਇਹਨੂੰ ਸਾਫ਼ ਸੂਫ ਕਰਕੇ। ਬਾਕੀ ਬਾਈ ਲੁੱਕ ਦਿਓ ਕਿੰਨੀ ਜ਼ਿਆਦਾ ਜ਼ਬਰਦਸਤ ਆ ਰਹੀ ਹੈ ਬਿਨਾਂ ਨੰਬਰ ਪਲੇਟ ਤੋਂ, ਪਰ ਇਹ ਗਲਤ ਆ, ਆਪਾਂ ਨੰਬਰ ਪਲੇਟ ਤਾਂ ਲਾਉਣੀ ਪੈਣੀ ਆ। ਜੇ ਆਪਾਂ ਲੋਕਲ ਚਲਾਉਂਦੇ ਹਾਂ ਫਿਰ ਤਾਂ ਕੋਈ ਚੱਕਰ ਨਹੀਂ ਬਣੀ, ਲੋਕਲ ਵੀ ਪੰਗਾ ਹੀ ਆ,
ਤੇ ਨੰਬਰ ਪਲੇਟ ਨਹੀਂ ਹੋਊਗੀ ਜਿਵੇਂ ਕੋਈ ਕਾਂਡ ਕੁੰਡ ਹੋ ਗਿਆ ਤੇ ਕਿਸੇ ਹੋਰ ਦੇ ਨੰਬਰ ਪਲੇਟ ਨਾ ਹੋਈ ਤਾਂ ਫਿਰ ਵੀ ਆਪਣੇ ਗੱਲ ਸਰ ਪੈ ਸਕਦੇ ਕਿਹੜਾ ਕਹਿਣਗੇ ਤਾਂ ਵੀ ਮੋਟਰ ਲਿਹਾ ਜਿਹਾ ਦੇਖਣ ਨੂੰ ਲੱਗਦਾ ਸੋ ਆਪਣੀ ਨੰਬਰ ਪਲੇਟ ਹੋਣੀ ਜ਼ਰੂਰੀ ਆ ਸੋ ਆਪਾਂ ਨੰਬਰ ਪਲੇਟ ਦਾ ਜਲਦ ਹੀ ਅੱਜ ਜਾਂ ਕੱਲ੍ਹ 'ਚ ਹੱਲ ਕਰ ਲਵਾਂਗੇ ਸੋ ਫਿਲਹਾਲ ਹੀ ਆਪਾਂ ਚੱਲਦੇ ਹਾਂ ਗੇੜਾ ਕੱਢਣ ਚਲੋ ਜੀ ਫਿਰ ਸਟਿੱਕਰ ਤਾਂ ਆਪਣਾ ਲੱਗੂਗਾ ਹੀ ਕੱਲ੍ਹ ਨੂੰ ਸੋ ਆਪਾਂ ਹਜੇ ਤਾਂ ਫਿਲਹਾਲ ਹੀ ਰੱਖ ਸਕਦਾ ਪੱਟਿਆ ਨਹੀਂ ਹੈਗਾ ਨਾ ਜੇ ਪੱਟ ਲੈਂਦਾ ਫਿਰ ਬਲੈਕ ਬਲੈਕ ਹੋਣਾ ਚਲੋ ਕੋਈ ਗੱਲ ਨਹੀਂ ਸੋ ਹੁਣ ਬਾਈ ਆਪਣੀ ਲੁੱਕ ਵੈਸੇ ਤਾਂ ਘੈਂਟ ਲੱਗ ਰਹੀ ਹੈ ਹੁਣ ਮੈਨੂੰ ਪੂਰੀ ਪਰ ਆਹ ਵਾਈਟ ਜਿਹਾ ਕੰਮ ਖਰਾਬ ਕਰਦਾ ਚਲੋ ਕੋਈ ਗੱਲ ਨਹੀਂ ਹੁਣ ਪਹਿਲਾਂ ਤਾਂ ਆਪਾਂ ਜਾ ਕੇ ਨਹੀਂ ਉੱਥੇ ਖੜਾਉਂਦੇ ਇਹਨੂੰ ਮੋਟਰ ਨਾਲ ਧੋ ਦਿੰਦੇ ਹਾਂ ਮੋਟਰ ਨਾਲ ਧੋਣੀ ਧੋਣਾ ਗੱਡੀ ਵੀ ਖਾਸ ਲਿਬੜੀ ਫਿਰ ਗੱਡੀ ਅਤੇ ਮੋਟਰ ਨਾਲ ਦੋਨੋਂ ਇਕੱਠੇ ਧੋ ਦੂੰਗਾ ਪਹਿਲਾਂ ਗੱਡੀ ਕੱਢ ਲੈਂਦੇ ਬਾਹਰ ਇਹਨੂੰ ਇੱਥੇ ਖੜਾ ਰਹਿਣ ਦਿੰਦੇ ਇੱਥੇ ਖੜਾ ਦੋ ਲਖੋ ਮੈਂ ਵੀ ਸਰੇ ਕਰਾਉਂਦਾ ਕਦੇ ਕਦੇ ਮੋਟਰ ਨਾਲ ਖੜਾ ਤਾ ਜੇ ਮੋਟਰ ਨਾਲ ਖੜਾ ਰਹੂਗਾ ਫਿਰ ਗੱਡੀ ਪਿੱਛੇ ਕਿਵੇਂ ਹੋਊਗੀ ਅਤੇ ਫਿਰ ਮੋਟਰ ਨਾਲ ਧੋਤਾ ਨਹੀਂ ਆਉਣਾ ਸੁਤਾਂਗੇ ਮੋਟਰ ਨਾਲ ਉੱਥੇ ਕਰਨਾ ਪਊ ਨਾ ਕਿ ਇੱਥੇ ਕਿਉਂਕਿ ਬਿਹੀ ਹੈਗੀ ਅੱਗੇ ਉਹ ਕੰਜਸਟਡ ਅਤੇ ਦੇਖ ਲਓ ਸਵਿਫਟ ਦਾ ਇੰਜਣ ਵਿੱਚੋਂ ਇਹੋ ਜਿਹਾ ਹੁੰਦਾ ਇਹਦੇ ਵਿੱਚ ਮੈਂ ਇੱਕ ਚੀਜ਼ ਦੇਖਣੀ ਸੀ ਜਿਹੜੀ ਕਿ ਦੇਖ ਲਈ ਜਿਹੜੀ ਕਿ ਤੁਹਾਨੂੰ ਦੱਸਣ ਵਾਲੀ ਨਹੀਂ ਹੈਗੀ ਬਸ ਮਤਲਬ ਕਿ ਤੁਹਾਨੂੰ ਤਾਂ ਦੱਸ ਸਕਦੇ ਹਾਂ ਪਰ ਵਿੱਚ ਇਹੋ ਜਿਹੇ ਬੰਦੇ ਜਿਹਨਾਂ ਨੂੰ ਨਹੀਂ ਦਿਖਾਉਣੀ ਉਹ ਵੀ ਦੇਖ ਲੈਣਗੇ ਸੋ ਤਾਂ ਕਰਕੇ ਨਹੀਂ ਤਾਂ ਆਪਾਂ ਕੋਈ ਮਸਲਾ ਨਹੀਂ ਸੀ ਆਪਾਂ ਤੁਹਾਨੂੰ ਦਿਖਾਉਣ ਦਾ ਚਲੋ ਦੱਸ ਦਿੰਦਾ ਦੇਖੇ ਜਾਓ ਹਾਰਨ ਦੇਖਣਾ ਸੀਗਾ ਮਾੜਾ ਜਿਹਾ ਚਲੋ ਜੀ ਗੱਡੀ ਤਾਂ ਆਪਾਂ ਧੋਤੀ ਹੁਣ ਵੈਸੇ ਤਾਂ ਮਾੜਾ ਕੱਪੜਾ ਮਾਰਨਾ ਕਿਉਂਕਿ ਜੇ ਗਿੱਲੀ ਉਹ ਛੱਡਤੀ ਤਾਂ ਇੱਕ ਮਿੱਟੀ ਚੁੱਕ ਜਾਣੀ ਆ ਫਿਰ ਫਾਇਦਾ ਨਹੀਂ ਹੋਣਾ ਧੋਤੀ ਹੋਣਾ ਅਤੇ ਮੋਟਰਾਂ ਦੀ ਬਾਰੀ ਹੁਣ ਆ ਗਈ ਉਸ ਤੋਂ ਸ਼ੀਸ਼ੇ ਦੇ ਇਹਨੇ ਤਾਂ ਰਹਿ ਜਾਂਦੀ ਹੁੰਦੀ ਆ ਅਤੇ ਬਾਕੀ ਬਾਈ ਬਲੈਕ ਆ ਇੰਨਾ ਬੰਦਾ ਬੇਕਾਰ ਆ ਜਿੰਨਾ ਤੁਹਾਨੂੰ ਵਧੀਆ ਲੱਗਦਾ ਨਾ ਉਹਦੇ ਵਿੱਚ ਜਿੰਨਾ ਉਨਾ ਬੇਕਾਰ ਆ ਪਹਿਲਾਂ ਮੇਰੀ ਗੱਲ ਸੁਣ ਲੈਣ ਦੇ ਇਹਨੂੰ ਅਸੀਂ ਹਰੇਕ ਵਾਰ ਨੂੰ ਜਿਹੜੀ ਚੀਜ਼ ਦੱਸ ਦਿੰਦੇ ਅਸੀਂ ਭਰਤੀ ਗਏ ਚੰਡੀਗੜ੍ਹ ਵਾਲੀ ਇਹਨੂੰ ਦੱਸ ਕੇ ਇਹਨੂੰ ਨਾਲ ਭਰਾਈ ਲਾਇਸੈਂਸ ਬਣਾਇਆ ਇਹਨੂੰ ਨਾਲ ਲੈ ਕੇ ਬਣਾਇਆ ਜਿੰਨੀਆਂ ਚੀਜ਼ਾਂ ਕਰਦੇ ਹਾਂ ਸਾਰਾ ਕੁਛ ਨਾਲ ਕਰਦੇ ਹਾਂ ਆਪਦੀ ਵਾਰ ਉਹਨੇ ਪੰਜਾਬ ਪੁਲਿਸ ਦੀ ਭਰਤੀ ਸੀਗੀ ਇਕੱਲੇ ਪੇਪਰ ਭਰੇ ਇਕੱਲੇ ਪੇਪਰ ਅੱਜ ਦੇ ਵੀ ਆਇਆ ਦੇ ਆਇਆ ਬਸ ਠੀਕ ਸਾਨੂੰ ਨਹੀਂ ਯਾਰ ਸਾਨੂੰ ਦੱਸਿਆ ਹੀ ਨਹੀਂ ਬੰਦੇ ਨੇ ਯਾਰ ਹੋਰ ਕੀ ਚਾਹੀਦਾ ਹੁਣ ਚਲੋ ਜੀ ਹੁਣ ਮੈਂ ਦਾਦਾ ਕੰਮ ਕਰਾਂ ਹੁਣ ਇਹਨਾਂ ਗੱਲ ਥੋੜ੍ਹੀ ਕਰਨੀ ਆਪਾਂ ਤਾਂ ਮੈਂ ਇੱਕ ਜਣਾ ਕੋਈ ਗਲਤ ਹੋਊਗਾ ਚੱਲ ਤੁਹਾਨੂੰ ਮੰਨਿਆ ਕੋਈ ਗਲਤ ਹੋਊ ਚੁੱਪੂ ਨੂੰ ਪੁੱਛ ਲਓ ਜਿਹਨੂੰ ਮਰਜ਼ੀ ਪੁੱਛ ਲਓ ਜੋਧ ਨੂੰ ਪੁੱਛ ਲਓ ਜਿਹਨੂੰ ਜਿੰਨੇ ਸਾਡੇ ਬੈਠਣਾ ਜਿਹਨੂੰ ਮਰਜ਼ੀ ਪੁੱਛ ਲਓ ਇਹਨੂੰ ਦੱਸਿਆ ਨਹੀਂਗਾ ਸਾਨੂੰ ਲੁਕੋ ਰੱਖਿਆ ਸਰਿਆਮ ਸਬੂਤ ਅੰਦਰੋਂ ਧੋਤੀ ਹੁੰਦੀ ਤੁਹਾਨੂੰ ਐਂ ਪਤਾ ਕਦੇ ਗੱਡੀ ਧੋਤੀ ਆ ਕਦੇ ਗੱਡੀ ਧੋਤੀ ਆ ਕਿਹੜਾ ਧੋਤੀ ਆ ਚਲੋ ਚੱਲ 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 ਚੁੱਪ ਕਰ ਪਹਿਲਾਂ ਚੁੱਪ ਕਰ ਖੜ੍ਹ ਜਾਣਾ ਮੈਂ ਦੱਸਦਾ ਕੀਤਾ ਕੀ ਇਹਨੇ ਤੁਹਾਨੂੰ ਦੱਸਿਆ ਨਾ ਹਰੇਕ ਵਾਰ ਚੀਜ਼ ਅਸੀਂ ਕਰਦੇ ਹਾਂ ਇਹਨੇ ਸਾਨੂੰ ਇੱਕ ਵਾਰ ਕਿਹਾ ਮੈਂ ਪੇਪਰ ਭਰੇ ਆਉਂਦਾ ਤੂੰ ਪੇਪਰ ਭਰਨ ਤੁਹਾਨੂੰ ਮੈਂ ਹਾਂ ਨਾ ਜੀ ਪੁੱਛੂੰਗੀ ਪੇਪਰ ਭਰਨ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਕਿਵੇਂ ਵੀ ਮੈਂ ਪੇਪਰ ਭਰਨ ਲੱਗਾ ਤੁਸੀਂ ਭਰਨਾ ਪੁੱਛਿਆ ਹਾਂ ਜਾਂ ਨਾ ਹਾਂ ਜਾਂ ਨਾ ਦੱਸੀ ਬਸ ਹਾਂ ਜਾਂ ਨਾ ਦੱਸ ਬਸ ਹਾਂ ਜਾਂ ਨਾ ਦੱਸ ਬਸ ਬਸ ਚੁੱਪ ਚੁੱਪ ਦੇਖੋ ਰਿਸ਼ਤੇਦਾਰ ਭਰਿਆ ਸਾਡੇ ਤਾਂ ਸੋਚਿਆ ਹੀ ਨਹੀਂ ਉੱਥੇ ਗਿਆ ਉਹ ਕਹਿੰਦਾ ਵੀ ਫਾਰਮ ਨਾਲੇ ਚੱਕ ਲਈ ਉਦੋਂ ਪਹਿਲਾਂ ਉਹਨੇ ਮਿਲੇ ਨਹੀਂ ਯਾਰ ਮੈਂ ਚਲਿਆ ਗਿਆ ਫਿਰ ਉੱਥੇ ਆ ਕੇ ਭਰਿਆ ਫਿਰ ਆ ਕੇ ਇਹਨਾਂ ਦੱਸਿਆ ਦੇਖੋ ਇਹਨੇ ਯਾਰ ਸਾਨੂੰ ਇੱਕ ਵਾਰ ਵੀ ਨਹੀਂ ਪਹਿਲਾਂ ਪੁੱਛਿਆ ਭਰਨ ਤੋਂ ਬਾਅਦ ਇੱਕ ਵਾਰ ਕਿਹਾ ਵੀ ਭਰੇ ਆਉਂਦੇ ਮੁੜ ਕੇ ਇਹਨੇ ਸਾਨੂੰ ਬੁਲਾਇਆ ਵੀ ਨਹੀਂ ਨਾ ਪੇਪਰ ਦੀ ਗੱਲ ਹੋਈ ਆ ਹੁਣ ਇੰਨੀਆਂ ਮਿਹਨਤਾਂ ਕੀਤੀਆਂ ਨੇ ਸਾਡੀਆਂ ਵੀ ਸਾਡੇ ਨਾਲ ਚੱਲੋ ਸਵੇਰੇ 4 ਵਜੇ ਤਾਂ ਗਏ ਨਹੀਂ ਬਾਈ ਬਹੁਤ ਔਖਾ 4 ਵਜੇ ਮੋਟਰਸਾਈਕਲ ਤੇ ਮਾਫੀ ਨਜ਼ਾਰਾ ਫੁੱਲ ਆਇਆ ਕੋਈ ਗੱਲ ਨਹੀਂ ਮਾਫੀ ਬਈ ਦੁਬਾਰੇ ਮੰਗੀ ਮਾਫੀ ਮਾਫੀ ਮਾਫ ਤਾਂ ਕਰਨਾ ਨਹੀਂ ਲਓ ਜੀ ਆਪਣੇ ਵੈਸੇ ਤਾਂ ਰੂਟਸ ਦੇ ਹਾਰਨ ਜਿਹੜੇ ਉਹ ਵਾਟਰਪਰੂਫ ਹੁੰਦੇ ਨੇ ਇਹਦੇ ਪਾਣੀ ਪਤਾ ਕੁਛ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਰਿਸਕ ਨਹੀਂ ਲੈਣਾ ਕਿਉਂਕਿ ਜੇ ਲੌਂਗ ਟਰਮ ਦੇ ਸਾਲ ਡੇਢ ਸਾਲ ਬਾਅਦ ਨਾ ਇਹ ਜ਼ਰ ਲੱਗ ਜਾਂਦੀ ਆ ਉਹਨਾਂ ਟੁੱਟਦੇ ਨੇ ਉਹਦੇ ਨਾਲ ਖਰਾਬ ਹੁੰਦੇ ਨੇ ਸੋ ਆਪਾਂ ਪਹਿਲੀ ਜਿੰਨੇ ਬਚਾ ਹੁੰਦੇ ਉਨੇ ਬਚਾ ਕੇ ਚੱਲਾਂਗੇ ਬਾਕੀ ਸਾਰਾ ਮੋਟਰ ਨਾਲ ਧੋ ਕੇ ਮਿਲਦੇ ਹੁਣ ਤੁਹਾਨੂੰ ਚਲੋ ਜੀ ਹੁਣ ਹੋ ਗਿਆ ਨੈਕਸਟ ਡੇ ਕੱਲ੍ਹ ਮੋਟਰ ਨਾਲ ਧੋਣ ਤੋਂ ਤੁਹਾਨੂੰ ਨੇਰਾ ਹੋ ਗਿਆ ਸੀ ਫਿਰ ਤਾਂ ਕਰਕੇ ਵੀਡੀਓ ਸਟਾਰਟ ਨਹੀਂ ਕੀਤੀ ਅਤੇ ਅੱਜ ਮਤਲਬ ਕਿ ਨੈਕਸਟ ਵਲੋਗ ਦੇ ਵਿੱਚ ਇੱਕ ਤਾਂ ਪੱਟੀਆਂ ਜਿਹੜੀਆਂ ਚਿੱਟੀਆਂ ਕਰਾਈਆਂ ਕਾਲੀਆਂ ਕਰਾ ਦਾਂਗੇ ਅਤੇ ਜਿਹੜੇ ਕੰਮ ਰਹਿਣੇ ਸੀ ਉਹ ਕਰਾ ਦਾਂਗੇ ਅਤੇ ਅੱਜ ਮੈਂ ਜਿਹੜੀ ਆਪਣੇ ਕੋਲ ਲਾਈਟ ਆ ਨਾ ਇੱਕ ਲਾਈਟ ਪਈ ਆ ਆਪਣੇ ਕੋਲ ਜਿਹੜਾ ਆਪਾਂ ਉੱਲੂ ਦੇ ਨਾਲ ਲਿਆਉਂਦੇ ਸੀ ਉਹ ਸੋਚਦਾਂ ਵੀ ਉਰੇ ਕਿਤੇ ਲਾ ਦਈਏ ਆਪਾਂ ਕੋਈ ਐਡਜਸਟਮੈਂਟ ਕਰਾਂਗੇ ਇੱਕ ਹੀ ਆਪਣੇ ਕੋਲ ਦੋ ਲਿਆਵਾਂਗੇ ਮਤਲਬ ਇੱਕ ਹੋਰ ਲਿਆਵਾਂਗੇ ਫਿਰ ਦੋ ਹੋ ਜਾਣਗੀਆਂ
ਅਤੇ ਕਿਹੜੀ ਆਹ ਪ੍ਰਦੀਪ ਵਾਲੀ ਲਾਈਟ ਹੈ ਵੀ ਅਸੀਂ ਕਾਲੀ ਕਰਾ ਦਈਏ, ਅਗਲੇ ਵੀਡੀਓ 'ਚ ਆਪਾਂ ਸਾਰਾ ਕੁਛ ਕਰਾਵਾਂਗੇ। ਸੋ ਫਿਰ ਅੱਜ ਦਾ ਵਲੋਗ ਉਹ ਰੀਐਂਡ ਕਰਦੇ ਹਾਂ। ਜੇ ਵਲੋਗ ਵਧੀਆ ਲੱਗਦਾ ਲਾਈਕ ਸ਼ੇਅਰ ਸਬਸਕ੍ਰਾਈਬਮੈਂਟ ਕਰ ਦਿਓ। ਮਿਲਦੇ ਤੁਹਾਨੂੰ ਨਵੇਂ ਵਲੋਗ 'ਚ। ਪਰ ਆਹ ਦੇਖੋ ਵੀ ਘੈਂਟ ਸੀਗਾ, ਦੇਖੋ ਦੇਖਦਾ ਧੁੱਪੇ ਜਿਹੇ ਰੰਗੀ ਜੀ, ਪਰ ਮਤਲਬ ਦੇਖਣ ਨੂੰ ਵਧੀਆ ਤਾਂ ਹੈਗਾ, ਪਰ ਔਖੜਿਆ ਜਿਹਾ ਕੰਮ ਥੋੜ੍ਹਾ ਜਿਹਾ ਹੋਰ, ਇਹ ਵੀ ਸਹੀ ਕਰਾਉਣਾ ਜ਼ਰੂਰੀ ਆ। ਹੋਰ ਤਾਂ ਕੁਛ ਨਹੀਂ, ਬਸ ਬਾਕੀ ਓਕੇ ਰਿਪੋਰਟ ਆ। ਅਤੇ ਨੰਬਰ ਪਲੇਟ ਅੱਜ ਦੇਖਦੇ ਹਾਂ ਲਾ ਕੇ ਫਿੱਟ ਕਰਕੇ ਜੇ ਹੁੰਦੀ ਆ, ਨਹੀਂ ਤਾਂ ਫਿਰ ਹਾਲ ਤੱਕ ਇੱਕਣੇ ਦੇਖਾਂਗੇ। ਜੇ ਜਾਣਾ ਪੈਂਦਾ ਫਿਰ ਤਾਂ ਲਾਉਣੀ ਪੈਂਦੀ ਆ। ਦੇਖੋ ਫਿਰ ਆਪਾਂ ਹੁਣ ਲਾਉਣੀ ਆ ਨੰਬਰ ਪਲੇਟ 'ਤੇ। ਮਿਲਦਾ ਤੁਹਾਨੂੰ ਨਵੇਂ ਵਲੋਗ 'ਚ, ਉਹ 'ਚ ਦੇਖਿਓ।